ਬਸ ਦਾਦੀ ਪੰਥ ਦੇ ਬਾਲੇ ਕਲਗੀਧਰ ਪਿਤਾ ਜੀ ਦੀ ਬਖਸ਼ਿਸ਼ ਕੀਤੇ ਹੋਏ ਗੁਰੂ ਫਤਿਹ ਦਾਸ ਵੱਲੋਂ ਹੱਥ ਜੋੜ ਕੇ ਸੀਸ ਦਿਵਾ ਕੇ ਨਿਮਰਤਾ ਸਹਿਤ ਮੁਲਾਈ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਪੰਥ ਦੀ ਪ੍ਰਤੀਨਿਧ ਜਮਾਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸੇ ਪੰਥ ਦੇ ਸਰਵਉੱਚ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਮੁੱਚੇ ਖਾਲਸੇ ਪੰਥ ਨੂੰ ਨਾਲ ਲੈ ਕੇ ਉਹਨਾਂ ਮਹਾਨ ਸ਼ਹੀਦਾਂ ਸਿੰਘਾਂ ਦੀ 100 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ, ਜਿਨ੍ਹਾਂ ਨੇ ਇਸ ਅਸਥਾਨ 'ਤੇ ਸਾਧ ਸੰਗਤ ਜੀ ਕੋਈ ਸੋਨਾ ਦਾਨ ਕਰਦਾ, ਕੋਈ ਚਾਂਦੀ, ਕੋਈ ਜ਼ਮੀਨ, ਕੋਈ ਧਨ ਦੌਲਤ, ਜਿਨ੍ਹਾਂ ਨੇ ਆਪਣੇ ਸਰੀਰ ਹੀ ਗੁਰੂ ਸਾਹਿਬ ਜੀ ਨੂੰ ਅਰਪਣ ਕਰ ਦਿੱਤੇ, ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਸਦਾ ਵਾਸਤੇ ਅਮਰ ਹੋ ਗਏ। ਕਲਗੀਧਰ ਪਿਤਾ ਜੀ ਦੇ ਬਚਨ ਹਨ, ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ, ਦੁੱਖ ਸਹਿ ਸਿਰੇ ਆਪਣੇ, ਸੁਖਦਾਈ ਸਭ ਕੋਈ। ਸੰਸਾਰ 'ਤੇ ਆਉਣਾ ਉਹਦਾ ਸਫਲ ਹੈ ਜੇ ਇਹ ਜੀਵਨ ਜ਼ਿੰਦਗੀ ਦੇ ਸਮੇਂ ਅੰਦਰ ਪਰ ਉਪਕਾਰ ਦੇ ਕਾਰਜ ਕਰਦਾ ਹੈ, ਪਰ ਉਪਕਾਰ ਵਾਸਤੇ ਕਬਰ ਕਸਾ ਕਰਕੇ ਪਰ ਉਪਕਾਰ ਦੇ ਕਾਰਜਾਂ ਵਿੱਚ ਯੋਗਦਾਨ ਪਾਉਂਦਾ ਹੈ। ਕਿੱਡਾ ਵੱਡਾ ਪਰ ਉਪਕਾਰ ਹੈ ਉਹਨਾਂ ਮਹਾਨ ਸ਼ਹੀਦਾਂ ਸਿੰਘਾਂ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਨ ਸ਼ਾਨ ਵਾਸਤੇ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰਤਾ ਅਤੇ ਸਤਿਕਾਰ ਵਾਸਤੇ ਆਪਾਂ ਕੁਰਬਾਨ ਕਰ ਦਿੱਤਾ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਉਹ ਸ਼ਹੀਦੀ ਜਥੇ ਅਰਦਾਸ ਕਰਕੇ ਤੁਰਦੇ ਸਨ ਤਾਂ ਹੋਰ ਕੋਈ ਮਨ ਵਿੱਚ ਕਿਸੇ ਤਰ੍ਹਾਂ ਦੀ ਲਾਲਸਾ, ਕੋਈ ਸੰਕਲਪ ਨਹੀਂ ਹੁੰਦਾ ਸੀ। ਸਿਰਫ ਇੱਕੋ ਇੱਕੋ ਸੰਕਲਪ ਹੁੰਦਾ ਸੀ ਕਿ ਜਬ ਆਪ ਕੀ ਔਲ ਲਦਾਨ ਬਣੇ ਅਤ ਹੀ ਰਣ ਮੈਂ ਤਾਂ ਵਜੂਜ ਬਰੋ, ਪਾਤਸ਼ਾਹ ਇਹ ਸਰੀਰ, ਇਹ ਤਨ, ਇਹ ਮਨ ਆਪ ਜੀ ਨੂੰ ਉਦੋਂ ਦਾ ਹੀ ਅਰਪਣ ਕਰ ਦਿੱਤਾ ਹੋਇਆ ਹੈ ਜਦੋਂ ਦੀ ਆਪ ਜੀ ਨੇ ਪਵਿੱਤਰ ਸਿੱਖੀ ਦੀ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਹ ਆਪ ਜੀ ਦੀ ਅਮਾਨਤ ਹੈ, ਆਪ ਜੀ ਦੀ ਭੇਟਾ ਚੜ੍ਹਾਉਣ ਵਾਸਤੇ ਤੁਰੇ ਹਾਂ ਪ੍ਰਵਾਨ ਕਰਨਾ। ਸਾਧ ਸੰਗਤ ਜੀ, ਜਿਹੜਾ ਕੋਈ ਕਵੇ ਨਾ ਮੈਂ ਕਿਸੇ ਤੋਂ ਡਰਦਾ ਨਹੀਂ, ਜੇ ਮੌਤ ਸਾਹਮਣੇ ਖੜੀ ਹੋਵੇ ਕੰਮ ਜਾਂਦਾ ਜੀ, ਪਰ ਜਿਹੜੇ ਅਰਦਾਸ ਕਰਕੇ ਤੁਰੇ ਇਸ ਲਈ ਹੋਣ ਵੀ ਅਸੀਂ ਸ਼ਹੀਦ ਹੋਣਾ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਨੂੰ ਬਹਾਲ ਕਰਨਾ, ਪੰਥ ਦੀ, ਕੌਮ ਦੀ ਆਨ ਸ਼ਾਨ ਸਤਿਕਾਰ ਨੂੰ ਬਹਾਲ ਕਰਨਾ। ਸਾਧ ਸੰਗਤ ਜੀ, ਇਹ ਠੀਕ ਹੈ ਉਸ ਵੇਲੇ ਭਾਵੇਂ ਹਕੂਮਤ ਵਿਦੇਸ਼ੀਆਂ ਦੀ ਸੀ, ਅੰਨੇ ਬਾਹਰ ਤਸ਼ੱਦਦ ਕੀਤੇ ਗਏ, ਆ ਪਰਿਵਾਰ ਬੈਠੇ ਹਨ, ਸ਼ਹੀਦਾਂ ਸਿੰਘਾਂ ਦੇ ਪਰਿਵਾਰ ਬਿਰਾਜਮਾਨ ਹਨ, ਇਹਨਾਂ ਦੇ ਵੀ ਚਰਨਾਂ ਤੇ ਨਮਸਕਾਰ ਹੈ। ਇਹ ਭਾਗਾਂ ਵਾਲੇ ਹਨ ਜਿਹਨਾਂ ਦੀ ਕੁੱਲ ਵਿੱਚੋਂ, ਅੰਸ਼ ਵੰਸ਼ ਵਿੱਚੋਂ ਉਹ ਮਹਾਨ ਸ਼ਹੀਦ ਸਿੰਘ ਜਿਹਨਾਂ ਨੇ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅੱਜ ਸਮੁੱਚਾ ਖਾਲਸਾ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਯੋਗ ਨਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਖਾਲਸੇ ਪੰਥ ਦੇ ਸਹਿਯੋਗ ਨਾਲ ਉਹਨਾਂ ਦਾ 100 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੇ ਹਨ। ਗੁਰੂ ਖਾਲਸਾ ਜੀ, ਅੱਜ ਲੋੜ ਹੈ ਸਮੁੱਚੇ ਖਾਲਸੇ ਪੰਥ ਨੂੰ ਆਪੋ ਆਪਣੇ ਮਤ ਭੇਦ ਭੁਲਾ ਕੇ ਸਿਰਫ ਖਾਲਸੇ ਪੰਥ ਦੇ ਸਤਿਕਾਰ ਨੂੰ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਨੂੰ, ਸਿੱਖੀ ਦੀ ਆਨ ਸ਼ਾਨ ਨੂੰ ਮੁੱਖ ਰੱਖ ਕੇ ਸਾਰੀ ਸ਼ਕਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰਛਾਇਆ ਹੇਠ
ਇੱਕ ਲੜੀ ਵਿੱਚ ਪਰੋ ਕੇ ਤੁਲਣ ਦੀ ਲੋੜ ਹੈ। ਅੱਜ ਦੇਖੋ ਸਾਡੇ ਕਿਸਾਨ ਵੀਰ, ਅਸੀਂ ਸਾਰੇ ਕਿਸਾਨ ਹਾਂ, ਖੇਤੀਆਂ ਕਰਦੇ ਹਾਂ, ਮੈਂ ਵੀ ਕਰਦਾ, ਸਾਰੇ ਕਰਦੇ ਹਨ, ਪਰ ਆਪਣੇ ਦੇਸ਼ ਵਿੱਚ ਹੀ ਆਪਣੀਆਂ ਸਰਕਾਰਾਂ ਹੀ ਇਹਨਾਂ ਅਤਿਆਚਾਰ, ਇਹਨਾਂ ਤਸ਼ੱਦਦ ਕੀਤਾ ਜਾ ਰਿਹਾ ਜਿੱਦਾਂ ਕੋਈ ਵਿਦੇਸ਼ੀ ਸਰਕਾਰ ਹੋਵੇ। ਸੋ ਗੁਰੂ ਖਾਲਸਾ ਜੀ ਉਹ ਜਿਹੜੇ ਵੀਰ ਗਏ ਹਨ ਉਹ ਕੋਈ ਆਪਣੇ ਵਾਸਤੇ ਨਹੀਂ ਗਏ, ਸਾਡੇ ਸਾਰਿਆਂ ਲਈ ਗਏ ਹਨ। ਸਾਡੀ ਸਾਰਿਆਂ ਦੀ ਹਮਾਇਤ ਉਹਨਾਂ ਦੇ ਨਾਲ ਹੈ। ਅੱਜ ਲੋੜ ਹੈ ਗੁਰੂ ਖਾਲਸਾ ਜੀ ਅੰਮ੍ਰਿਤਧਾਰੀ ਹੋਵੋ ਤੇ ਨਿਤਨੇਮੀ ਹੋਵੋ। ਗੁਰੂ ਕੇ ਸਿੱਖ ਦਾ ਨਿਤਨੇਮ ਨਾ ਕਦੇ ਟੁੱਟੇ ਤੇ ਰਹਿਤ ਨਾ ਟੁੱਟੇ, ਹੁੰਦਾ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਹੈ। ਫੇਰ ਭਾਵੇਂ ਮੌਤ ਵੀ ਸਾਹਮਣੇ ਖੜੀ ਹੋਵੇ, ਫੇਰ ਉਹ ਅਰਦਾਸ ਕਰਦਾ ਹੈ, ਦੇਹ ਸ਼ਿਵਾ ਬਰ ਮੋਹ ਇਹ ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖੋ ਆਪਣੇ ਹੀ ਮਨ ਕੋ, ਇਹ ਲਾਲਚ ਹੈ ਗੁਣ ਤੋ ਉਚਰੋ, ਜਬ ਆਪ ਕੀ ਔਧ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਇਹਨਾਂ ਹੀ ਸ਼ਬਦਾਂ ਨਾਲ ਦਾਸ ਆਪਣੇ ਵੱਲੋਂ ਮਿਸਲ ਸ਼ਹੀਦਾਂ ਤਰਨਾ ਲਾਲ ਹਰੀਆ ਬੇਲਾ ਜਥੇਬੰਦੀ ਵੱਲੋਂ, ਬੁੱਢੇ ਦਲ ਵੱਲੋਂ, ਦਲ ਪੰਥ ਬਾਬਾ ਬਿਧੀ ਚੰਦ ਜੀ ਵੱਲੋਂ, ਦਲ ਪੰਥ ਬਾਬਾ ਬਕਾਲਾ ਸਾਹਿਬ ਜੀ ਵੱਲੋਂ, ਸਮੁੱਚੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ, ਜਿੰਨੇ ਵੀ ਮਹਾਂਪੁਰਸ਼ ਇੱਥੇ ਦਰਸ਼ਨ ਦੇ ਰਹੇ ਹਨ, ਕਾਰ ਸੇਵਾ ਵਾਲੇ ਮਹਾਂਪੁਰਸ਼, ਹੋਰ ਸਾਰੇ ਪਵਿੱਤਰ ਆਤਮਾਵਾਂ ਮਹਾਂਪੁਰਸ਼ਾਂ ਵੱਲੋਂ ਉਹਨਾਂ ਮਹਾਨ ਸ਼ਹੀਦਾਂ ਨੂੰ ਅਸ਼ਰਧਾ ਦੇ ਫੁੱਲ ਅਰਪਣ ਕਰਦਾ ਹੋਇਆ ਇਹ ਗੁਰੂ ਸਾਹਿਬ ਜੀ ਦੇ ਜੋ ਬਚਨ ਹਨ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਪਨ ਕਾ ਹੈ ਸੁਆਉ, ਜਨ ਕਾ ਸੰਗ ਚਿਤਾਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।